ਸਤਨਾਮ ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ। ਮਨ ਤਨ ਰਤਾ ਰਾਮ ਪਿਆਰੇ, ਸਰਬਸ ਦੀਜੈ ਆਪਣਾ ਵਾਰੇ। ਮਨ ਤਨ ਰਤਾ ਰਾਮ ਪਿਆਰੇ, ਸਰਬਸ ਦੀਜੈ ਆਪਣਾ ਵਾਰੇ। ਆਠ ਪਹਿਰ ਗੋਬਿੰਦ ਗੁਣ ਗਾਈਐ, ਬਿਸਰ ਨਾ ਕੋਈ ਸਾਸਾ ਜੀਓ। ਸੋਈ ਸਾਜਨ ਮੀਤ ਪਿਆਰਾ, ਰਾਮ ਨਾਮ ਸਾਧ ਸੰਗ ਵਿਚਾਰਾ। ਸਾਧੂ ਸੰਗਤ ਰੀਜੈ ਸਾਗਰ, ਕਟੀਐ ਜਮ ਕੀ ਫਾਸਾ ਜੀਓ। ਚਾਰ ਪਦਾਰਥ ਹਰ ਕੀ ਸੇਵਾ, ਪਾਰ ਜਾਤ ਜਪ ਅਲਖ ਅਪੇਵਾ। ਕਾਮ ਕ੍ਰੋਧ ਕਿਲ ਬਿਖ ਗੁਰ ਕਾਟੇ, ਪੂਰਨ ਹੋਈ ਆਸਾ ਜੀਓ। ਪੂਰਨ ਭਾਗ ਭਏ ਜਿਸ ਪ੍ਰਾਣੀ, ਸਾਧ ਸੰਗ ਮਿਲੇ ਸਾਰੰਗ ਪਾਣੀ। ਨਾਨਕ ਨਾਮ ਵਸਿਆ ਜਿਸ ਅੰਤਰ, ਪਰਵਾਨ ਗ੍ਰਿਸਤ ਉਦਾਸਾ ਜੀਓ। ਪੂਰਨ ਭਾਗ ਭਏ ਜਿਸ ਪ੍ਰਾਣੀ, ਸਾਧ ਸੰਗ ਮਿਲੇ ਸਾਰੰਗ ਪਾਣੀ। ਨਾਨਕ ਨਾਮ ਵਸਿਆ ਜਿਸ ਅੰਤਰ, ਪਰਵਾਨ ਗ੍ਰਿਸਤ ਉਦਾਸਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹੋ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਪਾਵਨ ਬਾਣੀ ਦੀ ਚੱਲ ਰਹੀ ਲੜੀ ਦੀ ਵਿਚਾਰ ਉਹਦਾ ਸਮਾਂ ਹੋਇਆ, ਸੋ ਸਤਿਗੁਰੂ ਦੀ ਕਿਰਪਾ ਦੁਆਰਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਿੰਨੀ ਕੁ ਸਤਿਗੁਰੂ ਸੂਝ ਸਮਤ ਬਖਸ਼ਿਸ਼ ਕਰਨਗੇ, ਉਹਦੇ ਅਨੁਸਾਰ ਇਸ ਪਾਵਨ ਸ਼ਬਦ ਦੇ ਅਰਥ ਕਰਨੇ ਨੇ, ਬਾਣੀ ਦੀ ਵਿਚਾਰ ਕਰਨੀ ਹੈ। ਸੋ ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੇ ਮਾਈ ਭਾਈ ਇੱਕ ਵਾਰ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਨੇ, ਮਾਝ ਮਹੱਲਾ ਪੰਜਵਾ। ਮਨ ਤਨ ਰਤਾ ਰਾਮ ਪਿਆਰੇ। ਧੰਨ ਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਇਹ ਪਾਵਨ ਸ਼ਬਦ ਰਾਗ ਮਾਝ ਦੇ ਅੰਦਰ ਅੰਗ 108 ਦੇ ਉੱਪਰ ਸੁਭਾਏਮਾਨ ਹੈ। ਇਸ ਪਾਵਨ ਸ਼ਬਦ ਦੇ ਅੰਦਰ
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰ ਰਹੇ ਨੇ ਸਾਨੂੰ ਸੰਸਾਰ ਦੇ ਲੋਕਾਂ ਨੂੰ ਮਨੁੱਖਤਾ ਦੀ ਭਲਾ ਵਾਸਤੇ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਹੇ ਇਨਸਾਨ ਵੇਖ, ਤੂੰ ਸੰਸਾਰ ਦੇ ਅੰਦਰ ਜਨਮ ਲਿਆ ਹੈ ਅਤੇ ਜਨਮ ਨੂੰ ਸਫਲਾ ਕਿਵੇਂ ਕਰਨਾ। ਆਪਾਂ ਸਾਰੇ ਜਦੋਂ ਸ਼ਾਮ ਨੂੰ ਸੋਦਰ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ ਅਤੇ ਉਹਦੇ ਵਿੱਚ ਸਤਿਗੁਰਾਂ ਦਾ ਇੱਕ ਪਾਵਨ ਸ਼ਬਦ ਆਉਂਦਾ ਹੈ, ਭਈ ਪ੍ਰਾਪਤ ਮਾਨੁੱਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਤੇ ਉਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਬਚਨ ਕਰਦੇ ਨੇ, ਅਵਰ ਕਾਮ ਤਿਰ ਕਿਤੈ ਨਾ ਕਾਜ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਵਰ ਕਾਜ ਤਿਰ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿ ਤੂੰ ਸੰਗਤ ਵਿੱਚ ਆ ਕੇ ਪਰਮੇਸ਼ਵਰ ਦੇ ਨਾਮ ਨੂੰ ਜਪਣਾ ਹੈ ਅਤੇ ਇਹ ਤੇਰਾ ਜੀਵਨ ਸਫਲਾ ਹੋ ਸਕਦਾ ਹੈ ਜੇ ਤੇਰਾ ਹਿਰਦਾ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਰੰਗਿਆ ਜਾਏ, ਉਹਦੇ ਪਿਆਰ ਵਿੱਚ, ਉਹਦੇ ਸਿਮਰਨ ਵਿੱਚ, ਉਹਦੀ ਯਾਦ ਵਿੱਚ ਤਦਾਕਾਰ ਹੋ ਜਾਏ ਅਤੇ ਤੇਰਾ ਆਇਆ ਹੋਇਆ ਸਫਲਾ ਹੋ ਸਕਦਾ ਹੈ। ਇਸ ਲਈ ਮਹਾਰਾਜ ਕਹਿੰਦੇ ਨੇ, ਮਨ ਤਨ ਰਤਾ ਰਾਮ ਪਿਆਰੇ, ਕਿ ਜਿਹਦਾ ਮਨ ਔਰ ਤਨ ਪਰਮੇਸ਼ਵਰ ਦੇ ਨਾਮ ਵਿੱਚ ਰੰਗਿਆ ਜਾਏਗਾ, ਭਾਵ ਪਰਮੇਸ਼ਵਰ ਦੇ ਸਿਮਰਨ ਵਿੱਚ ਜੁੜ ਜਾਏਗਾ, ਉਹ ਜੀਵ ਇੰਨਾ ਕੁ ਪਰਮੇਸ਼ਵਰ ਦੇ ਨੇੜੇ ਹੋ ਜਾਏਗਾ ਕਿ ਉਹਦੇ ਵਿੱਚ ਅਤੇ ਪਰਮੇਸ਼ਵਰ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ। ਤਾਂ ਹੀ ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸਲੋਕ ਜਦੋਂ ਪੜ੍ਹਦੇ ਹਾਂ, ਉਹ ਕਹਿੰਦੇ ਨੇ, ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਨ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਕਿ ਜਿਹੜਾ ਜੀਵ ਉਸ ਪਰਮੇਸ਼ਵਰ ਦੇ ਨਾਮ ਨੂੰ ਰਾਤ ਦਿਨ ਉਹਦੇ ਸਿਮਰਨ ਵਿੱਚ ਜੁੜਿਆ ਰਹਿੰਦਾ, ਉਹਦੇ ਵਿੱਚ ਅਤੇ ਪਰਮੇਸ਼ਵਰ ਵਿੱਚ ਕੋਈ ਭੇਦ ਨਹੀਂ, ਉਹ ਪਰਮੇਸ਼ਵਰ ਦੇ ਵਿੱਚ ਅਭੇਦ ਹੋ ਜਾਂਦਾ ਹੈ। ਇਸ ਲਈ ਮਹਾਰਾਜ ਕਹਿੰਦੇ, ਕੋਈ ਫਰਕ ਨਾ ਜਾਣ, ਕੇਵਲ ਸਰੀਰ ਦਾ ਫਰਕ ਰਹਿ ਜਾਂਦਾ, ਅੰਦਰ ਵਾਲੀ ਆਤਮਾ ਤਾਂ ਪਰਮਾਤਮਾ ਵਿੱਚ ਲੀਨ ਹੋ ਜਾਂਦੀ, ਆਤਮਾ ਪਰਾਤਮਾ ਇੱਕੋ ਕਰੇ, ਐਸੀ ਅਵਸਥਾ ਬਣ ਜਾਂਦੀ। ਮਹਾਰਾਜ ਕਹਿੰਦੇ, ਮਨ ਤਨ ਰਤਾ ਰਾਮ ਪਿਆਰੇ, ਜਦੋਂ ਮਨ ਔਰ ਤਨ, ਵੇਖੋ ਕਈ ਵਾਰੀ ਐਸਾ ਹੁੰਦਾ ਹੈ ਸਾਡੇ ਸਰੀਰ ਦੇ ਉੱਪਰ ਗੁਰੂ ਦੀ ਦੱਸੀ ਹੋਈ ਰਹਿਤ ਮਰਿਆਦਾ ਤਾਂ ਢੁੱਕ ਜਾਂਦੀ ਹੈ, ਪਰ ਜਦੋਂ ਮਨ ਦੀ ਰਹਿਤ ਦੀ ਗੱਲ ਕਰੀਏ, ਮਨ ਉਸ ਰਹਿਤ ਵਿੱਚ ਪੂਰਨ ਤੌਰ 'ਤੇ ਨਹੀਂ ਲੀਨ ਹੋਇਆ ਹੁੰਦਾ, ਪੂਰਨ ਤੌਰ 'ਤੇ ਮਨ ਉਹਦੇ ਵਿੱਚ ਨਹੀਂ ਗਿਆ, ਮਨ ਉਹਦੇ ਵਿੱਚ ਪੂਰਨ ਤੌਰ 'ਤੇ ਤਦਾਕਾਰ ਨਹੀਂ ਹੋਇਆ। ਕਹਿਣ ਤੋਂ ਭਾਵ ਪੂਰਨ ਤੌਰ 'ਤੇ ਮਨ ਕਰਕੇ ਅਸੀਂ ਨਹੀਂ ਮੰਨਦੇ, ਤਨ ਕਰਕੇ ਮੰਨ ਲੈਂਦੇ ਹਾਂ। ਪਰ ਸਤਿਗੁਰੂ ਕਹਿਣ ਲੱਗੇ, ਜਿਹਦਾ ਮਨ ਔਰ ਤਨ ਉਸ ਪਰਮੇਸ਼ਵਰ ਦੇ ਨਾਮ ਵਿੱਚ ਰੰਗਿਆ ਜਾਂਦਾ ਹੈ, ਉਹ ਪਰਮੇਸ਼ਵਰ ਦੇ ਵਿੱਚ ਇੰਨਾ ਕੁ ਲੀਨ ਹੋ ਜਾਂਦਾ, ਬਾਹਰੋਂ ਸਰੀਰ ਦਾ ਭੇਦ ਰਹਿ ਜਾਂਦਾ, ਪਰ ਅੰਤਰਮੁਖੀ ਉਹ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ। ਜਿਵੇਂ ਸਤਿਗੁਰਾਂ ਦੀ ਬਾਣੀ ਦਾ ਫੈਸਲਾ ਹੈ ਕਿ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੁ ਮਾਨਸ ਦੇਹਾ, ਕਿ ਪਰਮੇਸ਼ਵਰ ਦਾ ਸੇਵਕ, ਪਰਮਾਤਮਾ ਦਾ ਪਿਆਰਾ, ਉਹ ਪਰਮਾਤਮਾ ਵਰਗਾ ਹੀ ਹੈ, ਉਹਦੇ ਸਰੀਰ ਦਾ ਭੇਦ, ਉਹਦੇ ਸਰੀਰ ਦਾ ਫਰਕ ਨਾ ਜਾਣੂ, ਕਿਉਂਕਿ ਉਹਨੇ ਅੰਤਰ ਆਤਮੇ ਪਰਮਾਤਮਾ ਨੂੰ ਧਿਆਇਆ। ਇਤਿਹਾਸ ਦੇ ਵਿੱਚੋਂ, ਬਾਣੀ ਦੇ ਵਿੱਚੋਂ ਇੱਕ ਜ਼ਿਕਰ ਆਉਂਦਾ ਹੈ, ਭਗਤ ਕਬੀਰ ਜੀ ਦੇ ਸਲੋਕ ਨੇ, ਉਹਨਾਂ ਨੇ ਭਗਤ ਨਾਮਦੇਵ ਜੀ ਦਾ ਜ਼ਿਕਰ ਕੀਤਾ ਹੈ। ਉਹ ਕਹਿੰਦੇ, ਪਰਮੇਸ਼ਵਰ ਦੇ ਨਾਮ ਵਿੱਚ ਭਗਤ ਨਾਮਦੇਵ ਜੀ ਇੰਨੇ ਰੰਗੇ ਹੋਏ ਨੇ ਕਿ ਉਹ ਸਰੀਰ ਕਰਕੇ, ਤਨ ਕਰਕੇ ਜੇ ਆਪਣਾ ਕੰਮ ਵੀ ਕਰਦੇ ਨੇ, ਕੱਪੜੇ ਰੰਗਣ ਦਾ ਜਾਂ ਕੱਪੜੇ ਸੀਣ ਦਾ, ਅੰਤਰ ਆਤਮੇ ਉਹ ਪਰਮਾਤਮਾ ਦੇ ਨਾਮ ਵਿੱਚ ਭਿੱਜੇ ਹੋਏ ਨੇ ਸਾਧ ਸੰਗਤ। ਜਦੋਂ ਕਹਿੰਦੇ ਭਗਤ ਤਿਲੋਚਨ ਆਇਆ, ਉਹਨੇ ਵੇਖਿਆ ਨਾਮਦੇਵ ਕੱਪੜੇ ਰੰਗਣ ਦਾ ਕੰਮ ਕਰਦਾ, ਕਿਉਂਕਿ ਛਿੰਬੇ ਜਾਤ ਵਿੱਚ ਉਹਨਾਂ ਦਾ ਜਨਮ ਹੋਇਆ। ਜਦੋਂ ਉਹਨਾਂ ਨੇ ਵੇਖਿਆ ਕੱਪੜੇ ਰੰਗਣ ਦਾ, ਕੱਪੜੇ ਸੀਣ ਦਾ ਕੰਮ ਕਰਦੇ ਨੇ, ਅਤੇ ਉਹਨਾਂ ਨੇ ਇੱਕ ਗੱਲ ਆਖੀ, ਨਾਮਿਆ, ਲੋਕ ਕਹਿੰਦੇ ਨੇ ਤੂੰ ਪਰਮੇਸ਼ਵਰ ਦੇ ਨਾਮ ਵਿੱਚ ਤੇਰਾ ਮਨ ਰਤਾ ਹੋਇਆ, ਤੂੰ ਪਰਮੇਸ਼ਵਰ ਦੇ ਨਾਮ ਵਿੱਚ ਰੰਗਿਆ ਹੋਇਆ, ਪਰ ਮੈਂ ਦੇਖਦਾ ਤੂੰ ਤਾਂ ਸੰਸਾਰ ਦੇ ਝੰਬੇਲਿਆਂ ਵਿੱਚ, ਸੰਸਾਰ ਦੀ ਮੋਹ ਮਾਇਆ ਵਿੱਚ ਫਸਿਆ ਹੋਇਆ। ਕਹਿੰਦੇ ਨੇ ਨਾਮਦੇਵ ਜੀ ਨੇ ਜੋ ਉਸ ਵੇਲੇ ਭਗਤ ਤਿਲੋਚਨ ਨੂੰ ਉੱਤਰ ਦਿੱਤਾ, ਉਹ ਗੁਰਬਾਣੀ ਵਿੱਚ ਭਗਤ ਕਬੀਰ ਜੀ ਦੇ ਸਲੋਕਾਂ ਵਿੱਚ ਉਹ ਵਾਰਤਾਲਾਪ ਅੰਕਿਤ ਹੈ।
ਉੱਥੇ ਭਗਤ ਤਿਲੋਚਨ ਜੀ ਕਹਿੰਦੇ ਨੇ, ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ, ਕਾਹੈ ਛੀਪੈ ਹੁਛਾਏ ਲੈ ਰਾਮ ਨਾ ਲਾਭ ਹੁਚੀਤ। ਤੁਸੀਂ ਪਰਮੇਸ਼ਵਰ ਦੇ ਨਾਮ ਨਾਲ ਆਪਣਾ ਚਿੱਤ ਨਹੀਂ ਜੋੜਦੇ। ਉੱਥੇ ਭਗਤ ਨਾਮਦੇਵ ਜੀ ਕਹਿਣ ਲੱਗੇ, ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿਣ ਲੱਗੇ, ਤੂੰ ਮੇਰੇ ਤਨ ਨੂੰ ਤੱਕਿਆ, ਤਨ ਕਰਕੇ ਮੈਂ ਸੰਸਾਰ ਦੀ ਕਿਰਤ ਕਰਦਾ, ਸੰਸਾਰ ਦਾ ਕੰਮ ਕਰਦਾ, ਮੇਰੇ ਮਨ ਨੂੰ ਤਾਂ ਤੂੰ ਤੱਕਿਆ ਹੀ ਨਹੀਂ। ਚੀਤ ਨਿਰੰਜਨ ਨਾਲ ਮਨ ਤਨ ਰੱਤਾ ਰਾਮ ਪਿਆਰੇ। ਜਿਹਦਾ ਮਨ ਔਰ ਤਨ ਪਰਮੇਸ਼ਵਰ ਦੇ ਨਾਮ ਵਿੱਚ ਰੰਗਿਆ ਜਾਏਗਾ, ਸੱਚ ਜਾਣਿਓ, ਉਹ ਪਰਮੇਸ਼ਵਰ ਵਿੱਚ ਇੰਨਾ ਕੁ ਲੀਨ ਹੋ ਜਾਂਦਾ, ਉਹਦੀ ਰਸਨਾ 'ਤੇ ਪਰਮੇਸ਼ਵਰ ਦਾ ਵਾਸਾ, ਉਹਦੇ ਹਿਰਦੇ ਵਿੱਚ ਪਰਮੇਸ਼ਵਰ ਦਾ ਵਾਸਾ, ਉਹ ਪਰਮੇਸ਼ਵਰ ਵਿੱਚ ਲੀਨ ਹੋ ਜਾਂਦਾ। ਐਸੀ ਗਾਥਾ ਇੱਕ ਰਾਮਕਲੀ ਰਾਗ ਦੇ ਅੰਦਰ ਭਗਤ ਨਾਮਦੇਵ ਜੀ ਦਾ ਸ਼ਬਦ ਆਉਂਦਾ ਹੈ, ਉਹ ਵੀ ਭਗਤ ਤਿਲੋਚਨ ਜੀ ਨੂੰ ਮੁਖਾਤਬ ਕਰਕੇ ਭਗਤ ਨਾਮਦੇਵ ਜੀ ਨੇ ਉਚਾਰਨ ਕੀਤਾ। ਉਹ ਸ਼ਬਦ ਹੈ, ਆਨੀ ਲੇ ਕਾਗਦ ਕਾਟੀ ਲੇ ਗੂਡੀ, ਆਕਾਸ਼ ਮੱਧੇ ਭਰਮੀ ਵਾਲੇ ਪੰਚ ਜਨਾ ਸੋ ਬਾਤ ਬਤਊਆ, ਚੀਤ ਸੋ ਡੋਰੀ ਰਾਖੀ ਵਾਲੇ। ਭਗਤ ਤਿਲੋਚਨ ਜੀ ਨੂੰ ਭਗਤ ਨਾਮਦੇਵ ਜੀ ਕਹਿੰਦੇ ਨੇ, ਦੇਖ ਸੰਸਾਰ ਦੇ ਵਿੱਚ ਕੀ ਦੇਖਦੇ ਹਾਂ, ਕੁਝ ਹਾਨ ਦੇ ਮੁੰਡੇ ਇਕੱਠੇ ਹੋਏ ਪਿੰਡ ਦੇ ਵਿੱਚ, ਉਹਨਾਂ ਨੇ ਇੱਕ ਕਾਗਜ਼ ਲਿਆਂਦਾ, ਕਾਗਜ਼ ਨੂੰ ਕੱਟਿਆ ਚੌਰਸ ਅਤੇ ਉਹਦੀ ਇੱਕ ਗੁੱਡੀ ਬਣਾ ਕੇ ਆਕਾਸ਼ ਵਿੱਚ ਚੜ੍ਹਾ ਦਿੱਤੀ ਹੈ, ਡੋਰ ਨਾਲ ਬੰਨ੍ਹ ਕੇ ਉਹਨੂੰ ਆਕਾਸ਼ ਵਿੱਚ ਹਵਾ ਦੇ ਜ਼ਰੀਏ ਉਡਾਇਆ ਹੈ। ਪਰ ਕਹਿਣ ਲੱਗੇ, ਜਿਹਦੇ ਹੱਥ ਵਿੱਚ ਉਸ ਪਤੰਗ ਦੀ ਗੁੱਡੀ ਦੀ ਡੋਰ ਹੈ, ਉਹ ਆਪਣੇ ਨਾਲ ਦੇ ਹਾਣੀਆਂ ਨਾਲ ਗੱਲਾਂ ਵੀ ਕਰਦਾ ਹੈ, ਉਹਨਾਂ ਨਾਲ ਹਾਸਾ ਮਖੌਲ ਵੀ ਕਰਦਾ ਹੈ, ਪਰ ਉਹਦਾ ਚਿੱਤ ਪੁੱਛ ਕੇ ਵੇਖੋ, ਉਸ ਗੁੱਡੀ ਵਿੱਚ ਪਤੰਗ ਵਿੱਚ ਜੁੜਿਆ ਹੋਇਆ ਤਿਲੋਚਨਾ। ਬਸ ਇਸੇ ਤਰ੍ਹਾਂ ਮੇਰਾ ਮਨ ਪਰਮੇਸ਼ਵਰ ਦੇ ਨਾਮ ਵਿੱਚ ਰੰਗਿਆ ਹੋਇਆ ਹੈ। ਉੱਥੇ ਸ਼ਬਦ ਨੇ ਉਹਨਾਂ ਦੇ, ਆਨੀ ਲੇ ਗੂਡੀ ਆਨੀ ਲੇ ਕਾਗਜ਼ ਕਾਟੀ ਲੇ ਗੂਡੀ, ਆਕਾਸ਼ ਮੱਧੇ ਭਰਮੀ ਵਾਲੇ ਪੰਚ ਜਨਾ ਸਿਉਂ ਬਾਤ ਪਤਊਆ, ਚੀਤ ਸੋ ਡੋਰੀ ਰਾਖੀ ਵਾਲੇ, ਮਨ ਰਾਮ ਨਾਮਾ ਬੇਦੀ ਵਾਲੇ, ਮਨ ਤਨ ਰੱਤਾ ਰਾਮ ਪਿਆਰੇ। ਮਨ ਰਾਮ ਨਾਮਾ ਬੇਦੀ ਵਾਲੇ, ਜੈਸੇ ਕਣਕ ਕਲਾ ਚਿੱਤ ਮਾਂਡੀ ਵਾਲੇ। ਸਾਧ ਸੰਗਤ ਜੀ, ਅਗਲੀ ਉਦਾਹਰਨ ਦਿੱਤੀ ਭਗਤ ਨਾਮਦੇਵ ਜੀ ਨੇ। ਕਹਿਣ ਲੱਗੇ, ਤੁਸੀਂ ਸੁਨਿਆਰੇ ਦੀ ਦੁਕਾਨ 'ਤੇ ਜਾਓ, ਸੁਨਿਆਰਾ ਜਿੰਨੇ ਗਾਹਕ ਆਉਂਦੇ ਨੇ ਉਹਨਾਂ ਨਾਲ ਗੱਲਾਂ ਵੀ ਕਰ ਰਿਹਾ ਹੈ, ਪਰ ਨਾਲ ਨਾਲ ਆਪਣੇ ਸੁਨਿਆਰੇ ਦੀ ਕਿਰਤ ਨੂੰ ਕਾਰ ਨੂੰ ਵੀ ਕਰ ਰਿਹਾ ਹੈ। ਉਹ ਤੁਹਾਨੂੰ ਸੋਨੇ ਦਾ ਭਾਅ ਵੀ ਦੱਸੇਗਾ, ਸੋਨੇ ਦੀ ਸਾਰੀ ਜਾਣਕਾਰੀ ਕਰੇਗਾ ਦੇਗਾ, ਪਰ ਉਹਦੇ ਚਿੱਤ ਨੂੰ ਪੁੱਛ ਕੇ ਵੇਖੋ, ਜਿਹੜਾ ਗਹਿਣਾ ਬਣਾ ਰਿਹਾ ਹੈ ਉਸ ਗਹਿਣੇ ਦੇ ਵਿੱਚ ਉਹਦਾ ਚਿੱਤ ਜੁੜਿਆ ਹੋਇਆ ਹੈ। ਕਹਿਣ ਲੱਗੇ, ਇਸੇ ਤਰ੍ਹਾਂ ਮੇਰਾ ਮਨ ਪਰਮੇਸ਼ਵਰ ਦੇ ਨਾਮ ਵਿੱਚ ਰੰਗਿਆ ਹੋਇਆ ਹੈ, ਮਨ ਤਨ ਰੱਤਾ ਨਾਮ ਰਾਮ ਪਿਆਰੇ। ਕਹਿਣ ਲੱਗੇ, ਮਨ ਰਾਮ ਨਾਮਾ ਬੇਦੀ ਵਾਲੇ, ਜੈਸੇ ਕਣਕ ਕਲਾ ਚਿੱਤ ਮਾਂਡੀ ਵਾਲੇ। ਅੱਗੇ ਇੱਕ ਹੋਰ ਉਦਾਹਰਨ ਦਿੰਦੇ ਨੇ, ਆਨੀ ਲੇ ਕੁੰਭ ਭਰਾਈ ਲੇ ਉਦਕ ਰਾਜ, ਕੁਆਰ ਪੁਰੰਦਰੀਏ ਹਸਤ ਵਿਨੋਦ ਵਿਚਾਰ ਕਰਤੀ ਹੈ, ਚੀਤ ਸੋ ਗਾਗਰ ਰਾਖੀ ਵਾਲੇ। ਕਹਿਣ ਲੱਗੇ, ਪਿੰਡਾਂ ਵਿੱਚ ਜਦੋਂ ਪੁਰਾਤਨ ਸਮੇਂ ਵਿੱਚ ਦੇਖਦੇ ਹਾਂ, ਖੂਹਾਂ 'ਤੇ ਪਾਣੀ ਭਰਨ ਵਾਸਤੇ ਜਾਣਾ ਸਵਾਣੀਆਂ ਨੇ, ਬੀਬੀਆਂ ਨੇ, ਸਹੇਲੀਆਂ ਨੇ ਰਲ ਕੇ ਜਾਣਾ। ਕਹਿਣ ਲੱਗੇ, ਉਹਨਾਂ ਨੇ ਘੜਾ ਜਦੋਂ ਪਾਣੀ ਦਾ ਖੂਹ ਤੋਂ ਭਰ ਲਿਆ, ਉਹਨਾਂ ਨੇ ਹੱਥ ਘੜੇ ਨੂੰ ਕੋਈ ਨਹੀਂ ਪਾਇਆ ਗਾਗਰ ਨੂੰ, ਸਿਰ 'ਤੇ ਗਾਗਰ ਰੱਖੀ ਏ, ਤੁਰੀਆਂ ਹੋਈਆਂ ਆਪਸ ਵਿੱਚ ਹਾਸਾ ਮਖੌਲ ਕਰਦੀਆਂ ਨੇ, ਪਰ ਚਿੱਤ ਉਹਨਾਂ ਦਾ ਗਾਗਰ ਵਿੱਚ ਘੜੇ ਵਿੱਚ ਖੁੱਭਿਆ ਹੋਇਆ, ਕਿਤੇ ਇਹ ਡਿੱਗ ਨਾ ਜਾਏ, ਕਿਤੇ ਇਹ ਡੁੱਲ ਨਾ ਜਾਏ। ਐ ਤਿਲੋਚਨਾ, ਬਸ ਇਸੇ ਤਰ੍ਹਾਂ ਮੇਰਾ ਜਿਹੜਾ ਮਨ ਹੈ ਉਹ ਪਰਮੇਸ਼ਵਰ ਦੇ ਨਾਮ ਵਿੱਚ ਇੰਨਾ ਰੰਗਿਆ ਪਿਆ ਹੈ। ਕਹਿਣ ਲੱਗੇ, ਆਨੀ ਲੇ ਕੁੰਭ ਭਰਾਈ ਲੇ ਉਦਕ ਰਾਜ, ਕੁਆਰ ਪੁਰੰਦਰੀਏ ਹਸਤ ਵਿਨੋਦ ਵਿਚਾਰ ਕਰਤੀ ਹੈ, ਚੀਤ ਸੋ ਗਾਗਰ ਰਾਖੀ ਵਾਲੇ। ਅੱਗੇ ਇੱਕ ਉਦਾਹਰਨ ਦਿੰਦੇ ਨੇ, ਮੰਦਰ ਏਕ ਦੁਆਰ ਦਸ ਜਾਂ ਕਹਿ, ਮੰਦਰ ਏਕ ਦੁਆਰ ਦਸ ਜਾਂ ਕਹਿ, ਗਊ ਚਰਾਵਨ ਛਾਡੀ ਵਾਲੇ, ਪਾਂਚ ਕੋਸ ਪਰ ਗਊ ਚਰਾਵਤ, ਚੀਤ ਸੋ ਬਛਰਾ ਰਾਖੀ ਵਾਲੇ। ਕਹਿਣ ਲੱਗੇ, ਇੱਕ ਘਰ ਦੇ ਵਿੱਚ ਗਾਵਾਂ ਉਹਨਾਂ ਬੰਨੀਆਂ ਨੇ ਕਿੱਲੇ 'ਤੇ ਬਹੁਤ ਦੂਰ ਜਾ ਕੇ ਉਹਨੂੰ ਚਰਾਉਣ ਵਾਸਤੇ ਲੈ ਗਏ। ਗਾਂ ਹਰਾ ਘਾਹ ਚਰਦੀ ਹੈ, ਕੱਖ ਪੱਠਾ ਚਰਦੀ ਹੈ, ਪਰ ਉਸ ਗਾਂ ਦਾ ਜਿਹੜਾ ਚਿੱਤ ਹੈ ਘਰ ਬੰਨ੍ਹੇ ਹੋਏ ਵਛੜੇ ਵਿੱਚ
ਬੱਛੇ ਵਿੱਚ ਜੁੜਿਆ ਹੋਇਆ ਹੈ। ਉਹ ਤੀਲਾ ਤੀਲਾ ਘਾਹ ਦਾ ਚੁਗਦੀ ਹੋਈ ਵੀ ਆਪਣੇ ਬਛੜੇ ਵਿੱਚ ਚਿੱਤ ਜੋੜ ਕੇ ਬੈਠੀ ਹੈ। ਬਸ ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਦਾ ਮਨ ਸੰਸਾਰ ਦੀ ਕਿਰਤ ਕਰਦਿਆਂ ਹੋਇਆ ਵੀ ਉਹਦੇ ਨਾਮ ਵਿੱਚ ਰੰਗਿਆ ਹੋਇਆ ਹੈ। ਅਗਲੀ ਉਦਾਹਰਨ ਦਿੰਦੇ ਨੇ, ਕਹਿਣ ਲੱਗੇ, ਕਹਿਤ ਨਾਮ ਦਿਓ ਸੁਣਹੁ ਤਿਲੋਚਨ, ਬਾਲਕ ਪਾਲਨ ਪੌਡੀ ਵਾਲੇ, ਅੰਤਰ ਬਾਹਰ ਕਾਜ ਵਿਰੋਧੀ, ਚੀਤ ਸੁਬਾਰਕ ਰਾਖੀ ਵਾਲੇ, ਮਨ ਤਨ ਰੱਤਾ ਰਾਮ ਪਿਆਰੇ। ਕਹਿਣ ਲੱਗੇ, ਇੱਕ ਸੁਹਾਣੀ ਨੂੰ, ਇੱਕ ਸੁਹਾਗਣ ਨੂੰ ਰੱਬ ਨੇ ਕਿਰਪਾ ਕੀਤੀ, ਉਹਦੇ ਘਰ ਦੇ ਅੰਦਰ ਬਾਲਕ ਨੇ ਜਨਮ ਲਿਆ ਉਹਦੀ ਕੁੱਖ ਤੋਂ। ਹੁਣ ਬਾਲਕ ਕੁਝ ਦਿਨਾਂ ਦਾ ਹੋਇਆ, ਕੁਝ ਮਹੀਨਿਆਂ ਦਾ ਹੋਇਆ, ਉਹ ਸੁਹਾਣੀ ਨੇ ਮਾਂ ਨੇ ਕੀ ਕੀਤਾ, ਆਪਣੇ ਬੱਚੇ ਨੂੰ ਝੂਲੇ ਵਿੱਚ ਪਾ ਦਿੱਤਾ ਹੈ। ਆਪ ਘਰ ਦਾ ਕੰਮ, ਚੁੱਲ੍ਹੇ ਚੌਕੇ ਦਾ ਕੰਮ ਪਈ ਕਰਦੀ ਹੈ, ਪਰ ਉਹ ਕੰਮ ਕਰਦਿਆਂ ਹੋਇਆ ਵੀ ਚਿੱਤ ਆਪਣੇ ਬੱਚੇ ਵਿੱਚ ਜੋੜੀ ਬੈਠੀ। ਸਾਧ ਸੰਗਤ, ਬੱਚਾ ਮਾੜਾ ਜਿਹਾ ਰੋਇਆ, ਸਾਰੇ ਘਰ ਦੇ ਕੰਮ ਨੂੰ ਛੱਡ ਕੇ ਉਹਨੇ ਬੱਚੇ ਨੂੰ ਛਾਤੀ ਨਾਲ ਲਾਇਆ ਅਤੇ ਆਪਣਾ ਦੁੱਧ ਪਿਲਾ ਕੇ ਉਹਨੂੰ ਚੁੱਪ ਕਰਾ ਦਿੱਤਾ। ਕਹਿਣ ਤੋਂ ਭਾਵ ਉਹਦਾ ਸੰਸਾਰ ਘਰ ਦਾ ਕੰਮ ਕਰਦਿਆਂ ਹੋਇਆ ਵੀ ਚਿੱਤ ਨਿਰੰਕਾਰ ਦੇ ਨਾਲ ਜੁੜਿਆ ਹੋਇਆ। ਜਿਹੜਾ ਰੱਬ ਦਾ ਪਿਆਰਾ ਉਹ ਸੰਸਾਰ ਦੀ ਕਾਰ ਕਰਦਿਆਂ ਹੋਇਆ ਵੀ ਨਿਰੰਕਾਰ ਨਾਲ ਜੁੜਿਆ। ਕਹਿਤ ਨਾਮ ਦਿਓ ਸੁਣਹੁ ਤਿਲੋਚਨ, ਬਾਲਕ ਪਾਲਨ ਪੌਡੀ ਵਾਲੇ, ਅੰਤਰ ਬਾਹਰ ਕਾਜ ਵਿਰੋਧੀ, ਚੀਤ ਸੁਬਾਰਕ ਰਾਖੀ ਵਾਲੇ, ਮਨ ਤਨ ਰੱਤਾ ਰਾਮ ਪਿਆਰੇ। ਜਿਨ੍ਹਾਂ ਦਾ ਮਨ ਔਰ ਤਨ ਪਰਮੇਸ਼ਵਰ ਦੇ ਨਾਮ ਵਿੱਚ ਰੰਗਿਆ ਜਾਂਦਾ। ਅੱਗੇ ਮਹਾਰਾਜ ਕਿਰਪਾ ਕਰਦੇ ਨੇ, ਸਰਬਸ ਦੀਜੈ ਆਪਣਾ ਵਾਰੇ, ਉਹ ਆਪਣਾ ਸਭ ਕੁਝ ਪਰਮੇਸ਼ਵਰ ਨੂੰ ਅਰਪਣ ਕਰ ਦਿੰਦਾ, ਸਮਰਪਿਤ ਕਰ ਦਿੰਦਾ ਹੈ। ਉਹ ਕਦੇ ਨਹੀਂ ਕਹਿੰਦਾ ਇਹ ਮੇਰਾ ਸਰੀਰ ਹੈ, ਮੈਂ ਕੰਮ ਕੀਤਾ, ਮੇਰਾ ਘਰ ਬਾਰ ਨਹੀਂ। ਉਹ ਸਭ ਕੁਝ ਸਤਿਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰਕੇ ਕਹਿੰਦਾ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜ੍ਹਾਇਆ ਵੇੜੇ। ਕਹਿਣ ਲੱਗੇ, ਹੇ ਦੀਨਾਂ ਅਤੇ ਦਿਆਲਤਾ ਕਰਨ ਵਾਲੇ ਵਾਹਿਗੁਰੂ ਪਰਮਾਤਮਾ, ਮੈਂ ਸਭ ਕੁਝ ਤੇਰੇ 'ਤੇ ਅਰਪਣ ਕਰ ਦਿੱਤਾ ਹੈ, ਇਹ ਪਰਿਵਾਰ ਵੀ ਤੇਰਾ, ਇਹਨੂੰ ਤੇਰੇ ਆਸਰੇ ਤੇਰੇ ਨਾਮ ਦੇ ਵੇੜੇ 'ਤੇ ਚੜ੍ਹਾ ਦਿੱਤਾ ਹੈ। ਸਰਬਸ ਦੀਜੈ ਆਪਣਾ ਵਾਰੇ। ਇਸ ਲਈ ਮਹਾਰਾਜ ਕਹਿੰਦੇ ਨੇ, ਹੇ ਇਨਸਾਨ, ਤੂੰ ਪਰਮੇਸ਼ਵਰ ਦਾ ਨਾਮ ਜਪਦਿਆਂ ਹੋਇਆ ਸਭ ਕੁਝ ਪਰਮਾਤਮਾ ਨੂੰ ਅਰਪਣ ਕਰ ਦੇ, ਉਹਦੇ 'ਤੇ ਸਮਰਪਿਤ ਕਰ ਦੇ ਅਤੇ ਅਰਦਾਸ ਕਰਿਆ ਕਰ, ਮਹਾਰਾਜ ਅਬ ਹਮ ਚੱਲੀ ਠਾਕੁਰ ਪਹਿਹਾਰ, ਜਬ ਹਮ ਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਕਨ ਕੀ ਚਤੁਰਾਈ ਉਪਮਾ, ਤੇ ਬੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀਓ ਹੈ ਢਾਰ। ਕਹਿਣ ਲੱਗੇ, ਕੋਈ ਮੈਨੂੰ ਬੁਰਾ ਆਖੇ, ਕੋਈ ਮੈਨੂੰ ਭਲਾ ਕਹੇ, ਮੈਂ ਸਭ ਕੁਝ ਪਰਮੇਸ਼ਵਰ ਨੂੰ ਅਰਪਣ ਕਰ ਦਿੱਤਾ ਹੈ। ਬਸ ਜਦੋਂ ਸਭ ਕੁਝ ਪਰਮਾਤਮਾ ਨੂੰ ਅਰਪਣ ਕਰ ਦਿੱਤਾ, ਨਾ ਦੁਨੀਆਂ ਦੀ ਉਸਤ ਦੀ ਪਰਵਾਹ ਹੈ, ਨਾ ਦੁਨੀਆਂ ਲੋਕ ਨਿੰਦਿਆ ਕਰੇ ਉਹਦੀ ਪਰਵਾਹ ਹੈ। ਐਸਾ ਗੁਰਮੁਖੋ, ਮਹਾਰਾਜ ਕਹਿੰਦੇ, ਜੇ ਨਾਮ ਵਿੱਚ ਜੁੜਿਆ ਅਤੇ ਆਪਣਾ ਸਭ ਕੁਝ ਗੁਰੂ ਨੂੰ ਸਮਰਪਿਤ ਕਰ ਦੇ। ਜਿਵੇਂ ਭਗਤ ਕਬੀਰ ਜੀ ਦਾ ਇੱਕ ਸ਼ਬਦ ਆਉਂਦਾ ਹੈ ਕਿ ਫੁਰਮਾਨ ਤੇਰਾ ਸਿਰੈ ਉੱਪਰ, ਫਿਰ ਨਾ ਕਰਤ ਵਿਚਾਰ, ਤੂੰ ਹੀ ਦਰੀਆ ਤੂੰ ਹੀ ਕਰੀਆ, ਤੁਜੈ ਤੇ ਨਿਸਤਾਰ, ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਸ ਧਰੋ ਕੇ ਪਿਆਰ, ਨਾਮ ਤੇਰਾ ਆਧਾਰ ਮੇਰਾ, ਜਿਉਂ ਫੂਲ ਜਈ ਹੈ ਨਾਰ, ਕਹਿ ਕਬੀਰ ਗੁਲਾਮ ਘਰ ਕਾ, ਜੀ ਆਏ ਭਾਵੇਂ ਮਾਰ। ਤੂੰ ਗੁਰੂ ਦੇ ਘਰ ਦਾ ਗੁਲਾਮ ਬਣ ਜਾ, ਪਰਮਾਤਮਾ ਦੇ ਘਰ ਦਾ ਗੁਲਾਮ ਬਣ ਜਾ, ਅਤੇ ਗੁਲਾਮ ਕਦੇ ਆਪਣੀ ਮਰਜ਼ੀ ਨਹੀਂ ਜੇ ਕਰਦਾ, ਉਹ ਸਭ ਕੁਝ ਮਾਲਕ ਦੇ ਉੱਪਰ ਸੁੱਟ ਦਿੰਦਾ, ਮਾਲਕ ਜੋ ਚਾਹੇ ਉਹਦੇ ਤੋਂ ਕਰਾਵੇ। ਸਤਿਗੁਰੂ ਕਹਿਣ ਲੱਗੇ, ਸਰਬਸ ਦੀਜੈ ਆਪਣਾ ਵਾਰੇ। ਸਾਧ ਸੰਗਤ ਜੀ, ਜਦੋਂ ਨਾਮ ਜਪਣਾ ਹੈ ਨਾ, ਨਾਮ ਵਿੱਚ ਜੁੜਨਾ ਹੈ ਅਤੇ ਇਸ ਭਾਵਨਾ ਨਾਲ ਜੁੜਨਾ ਹੈ ਕਿ ਹੇ ਪਰਮਾਤਮਾ, ਨਾਮ ਜਪਾਉਣ ਵਾਲਾ ਵੀ ਤੂੰ ਹੈ, ਨਾਮ ਜੋੜਨ ਵਾਲਾ, ਨਾਮ ਵਿੱਚ ਜੋੜਨ ਵਾਲਾ ਵੀ ਤੁਸੀਂ ਹੋ। ਤਾਂ ਹੀ ਬਾਣੀ ਵਿੱਚ ਪੜ੍ਹਦੇ ਹਾਂ ਨਾ, ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਇਸ ਲਈ ਮਹਾਰਾਜ ਕਹਿੰਦੇ ਨੇ, ਤੂੰ ਸਭ ਕੁਝ ਗੁਰੂ ਨੂੰ ਕੁਰਬਾਨ ਕਰ ਦੇ, ਗੁਰੂ ਦੇ ਅੱਗੇ ਸਮਰਪਿਤ ਕਰ ਦੇ, ਗੁਰੂ ਦੇ ਅੱਗੇ ਸਰੈਂਡਰ ਕਰ ਦੇ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਆਠ ਪਹਿਰ ਗੋਬਿੰਦ ਗੁਣ ਗਾਈਐ, ਬਿਸਰ ਨਾ ਕੋਈ ਸਾਸਾ ਜੀਓ। ਕਹਿਣ ਲੱਗੇ, ਅੱਠੇ ਪੈਰ ਗੋਬਿੰਦ, ਧਰਤੀ ਦੀ ਰੱਖਿਆ ਕਰਨ ਵਾਲਾ, ਪ੍ਰਤਪਾਲਣਾ ਕਰਨ ਵਾਲਾ,
ਪਰਮਾਤਮਾ ਦੇ ਗੁਣ ਗਾ, ਬਿਸਰ ਨਾ ਕੋਈ ਸਾਸਾ ਜੀਓ, ਤੈਨੂੰ ਕੋਈ ਸਾਹ ਐਸਾ ਨਾ ਆਵੇ ਕਿ ਜਿਹਦੇ ਵਿੱਚ ਪਰਮਾਤਮਾ ਭੁੱਲ ਜਾਏ, ਜਿਹਦੇ ਵਿੱਚ ਪਰਮਾਤਮਾ ਦੀ ਯਾਦ ਉਹਦਾ ਸਿਮਰਨ ਭੁੱਲ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਇਸ ਮਾਰਗ 'ਤੇ ਤੈਨੂੰ ਚੱਲਣਾ ਪੈਣਾ ਜੇ ਤੂੰ ਪਰਮਾਤਮਾ ਦੀ ਖੁਸ਼ੀ ਲੈਣਾ ਚਾਹੁੰਦਾ ਹੈ, ਜੇ ਤੂੰ ਪਰਮਾਤਮਾ ਵਿੱਚ ਅਭੇਦਤਾ ਕਰਨੀ ਚਾਹੁੰਦਾ, ਤਾਂ ਫਿਰ ਆਠ ਪਹਿਰ ਗੋਬਿੰਦ ਗੁਣ ਗਾਈਏ। ਕਿਉਂਕਿ ਜਿੰਨਾ ਚਿਰ ਤੂੰ ਗੋਬਿੰਦ ਦੇ ਗੁਣ ਨਹੀਂ ਨਾ ਗਾਉਂਦਾ, ਸੱਚ ਜਾਣੀ ਤੂੰ ਜੀਵਨ ਨੂੰ, ਮਨੁੱਖਾ ਜਨਮ ਨੂੰ ਅਕਾਰਥ ਵਿਅਰਥ ਗਵਾ ਰਿਹਾ। ਸਾਧ ਸੰਗਤ, ਜਦੋਂ ਆਪਾਂ ਭੋਗ ਦੇ ਸਲੋਕ 'ਤੇ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਪੜ੍ਹਦੇ ਹਾਂ, ਤਾਂ ਪਹਿਲਾ ਸਲੋਕ ਮਹਾਰਾਜ ਇੱਥੋਂ ਸ਼ੁਰੂ ਕਰਦੇ ਨੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨਾ। ਕਹਿਣ ਲੱਗੇ, ਹੇ ਇਨਸਾਨ, ਤੂੰ ਗੋਬਿੰਦ ਦੇ ਗੁਣ ਨਹੀਂ ਗਾਏ ਅਤੇ ਆਪਣੇ ਜਨਮ ਨੂੰ ਵਿਅਰਥ ਗਵਾ ਲਿਆ ਹੈ, ਜਨਮ ਨੂੰ ਵਿਅਰਥ ਗਵਾ ਲਿਆ। ਇਸ ਲਈ ਸਤਿਗੁਰੂ ਕਹਿਣ ਲੱਗੇ, ਬਿਸਰ ਨਾ ਕੋਈ ਸਾਸਾ ਜੀਓ, ਕੋਈ ਸਾਹ ਐਸਾ ਨਾ ਆਵੇ ਜਿਹਦੇ ਵਿੱਚ ਤੈਨੂੰ ਪਰਮਾਤਮਾ ਵਾਹਿਗੁਰੂ ਭੁੱਲੇ। ਇਸ ਲਈ ਤੂੰ ਪਰਮੇਸ਼ਵਰ ਦੇ ਨਾਮ ਨੂੰ ਜਪਦਾ ਰਹਿ, ਉਹਦੇ ਨਾਮ ਵਿੱਚ ਤਦਾਕਾਰ ਹੋ ਜਾਏਗਾ। ਅੱਗੇ ਸਤਿਗੁਰੂ ਕਿਰਪਾ ਕਰਦੇ ਨੇ, ਸੋਈ ਸਾਜਨ ਮੀਤ ਪਿਆਰਾ, ਰਾਮ ਨਾਮ ਸਾਧ ਸੰਗ ਵਿਚਾਰਾ। ਕਹਿਣ ਲੱਗੇ, ਉਹੀ ਸੱਜਣ ਹੈ, ਉਹੀ ਮਿੱਤਰ ਪਿਆਰਾ ਹੈ ਜਿਹੜਾ ਸਾਧ ਸੰਗਤ ਵਿੱਚ ਬੈਠ ਕੇ, ਸਾਧ ਸੰਗਤ ਵਿੱਚ ਆ ਕੇ ਪਰਮੇਸ਼ਵਰ ਦੇ ਨਾਮ ਦੀ ਵਿਚਾਰ ਕਰਦਾ ਹੈ। ਕਿਉਂਕਿ ਸਤ ਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਵਿਖਾਣੀਏ, ਜਿੱਥੇ ਇੱਕ ਪਰਮੇਸ਼ਵਰ ਦੇ ਨਾਮ ਦੀ ਵਿਚਾਰ ਚਰਚਾ ਹੋਏਗੀ, ਸਾਧ ਸੰਗਤ ਵੀ ਉਹਨੂੰ ਮੰਨਿਆ ਜਾਏਗਾ, ਜਿੱਥੇ ਇੱਕ ਦੇ ਗੁਣ ਗਾਏ ਜਾਣਗੇ। ਇਸ ਲਈ ਸਤਿਗੁਰੂ ਕਹਿੰਦੇ, ਸਾਧੂ ਸੰਗ ਤਰੀਜੈ ਸਾਗਰ, ਕੱਟੀਐ ਜਮ ਕੀ ਫਾਸਾ ਜੀਓ। ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਆ ਕੇ ਨਾ ਤੂੰ ਭਵ ਸਾਗਰ ਤੋਂ ਤਰ ਜਾਏਗਾ। ਕਿਉਂਕਿ ਜਿਹੜਾ ਸਾਧ ਸੰਗਤ ਵਿੱਚ ਆਉਣਾ ਹੈ ਨਾ, ਇੱਥੇ ਆ ਕੇ ਗੁਰਮੁਖੋ ਜਦੋਂ ਪਰਮੇਸ਼ਵਰ ਦੇ ਪਿਆਰਿਆਂ ਦੀ ਸੰਗਤ ਵਿੱਚ ਬਹਾਂਗੇ, ਪਿਆਰਿਆਂ ਦੀ ਸੰਗਤ ਵਿੱਚ ਆਵਾਂਗੇ, ਅਤੇ ਸਾਡੇ ਮਨ ਵਿੱਚ ਪਰਮੇਸ਼ਵਰ ਦੇ ਨਾਮ ਸਿਮਰਨ ਦਾ ਚਾਅ ਪੈਦਾ ਹੋਏਗਾ, ਖਲਕਤ ਦੀ ਸੇਵਾ ਦਾ ਚਾਅ ਪੈਦਾ ਹੋਏਗਾ। ਤਾਂ ਹੀ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਮਨ ਕੀ ਕੱਟੀਐ ਮੈਲ ਸਾਧ ਸੰਗ ਉੱਠਿਆਂ। ਜਾਂ ਬਾਣੀ ਵਿੱਚ ਸ਼ਬਦ ਆਉਂਦੇ ਨੇ, ਸਾਧ ਸੰਗਤ ਤੁਹਾਨੂੰ ਚੇਤਾ ਹੋਏਗਾ, ਸ਼ਬਦ ਆਉਂਦਾ ਕਿ ਤਿੰਨਾਂ ਦੇਖ ਮਨ ਚਾਉ ਉਠੰਦਾ, ਹਉਂ ਕਦ ਪਾਈ ਗੁਣਦਾਸਾ, ਹਉਂ ਕਦ ਪਾਈ ਗੁਣਤਾਸਾ। ਕਿ ਗੁਣਾਂ ਦੇ ਤਾਸ, ਗੁਣਾਂ ਦੇ ਸਮੁੰਦਰ ਵਾਹਿਗੁਰੂ ਪਰਮੇਸ਼ਵਰ ਦਾ ਕਦੋਂ ਦੀਦਾਰ ਹੋਏਗਾ? ਇਹ ਜਦੋਂ ਰੱਬ ਦੇ ਪਿਆਰਿਆਂ ਨੂੰ ਦੇਖਦੇ ਹਾਂ, ਸਿਮਰਨ ਵਾਲੀਆਂ ਰੂਹਾਂ, ਉਹ ਰੰਗੀਆਂ ਹੋਈਆਂ ਆਤਮਾਵਾਂ, ਅਤੇ ਮਨ ਵਿੱਚ ਚਾਅ ਪੈਦਾ ਹੁੰਦਾ ਵੀ ਮੈਂ ਵੀ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਾਂ। ਕਿਉਂਕਿ ਜਿਹੋ ਜਿਹੀ ਸੰਗਤ ਜੀਵ ਕਰਦਾ ਹੈ ਨਾ, ਇਹ ਮਨ ਪੰਛੀ ਹੈ ਕਬੀਰ, ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸਾ ਫਲ ਕਾਏ। ਅਮੀਰ ਕੁਲ ਬਹੋਗੇ ਅਤੇ ਅਮੀਰੀ ਦੇ ਸੁਪਨੇ ਆਉਣਗੇ, ਕਿਸੇ ਰੱਬ ਦੇ ਪਿਆਰੇ ਕੁਲ ਬਹੋਗੇ ਅਤੇ ਰੱਬ ਦੇ ਸਿਮਰਨ ਦੇ ਚੇਤਾ ਆਵੇਗਾ, ਪਰਮੇਸ਼ਵਰ ਦੀ ਬੰਦਗੀ ਕਰਨ ਦਾ ਖਿਆਲ ਮਨ ਵਿੱਚ ਪੈਦਾ ਹੋਏਗਾ। ਇਸ ਲਈ ਸਤਿਗੁਰੂ ਕਹਿੰਦੇ ਨੇ, ਸਾਧੂ ਸੰਗ ਤਰੀਜੈ ਸਾਗਰ, ਕੱਟੀਐ ਜਮ ਕੀ ਫਾਸਾ ਜੀਓ। ਤੇਰੇ ਜਮਾਂ ਦੀ ਫਾਹੀ ਕੱਟੀ ਜਾਏਗੀ ਜਿਵੇਂ ਜਿਵੇਂ ਤੂੰ ਪਰਮੇਸ਼ਵਰ ਦੇ ਨਾਮ ਨੂੰ ਜਪੇਗਾ। ਮਹਾਰਾਜ 52 ਅੱਖਰੀ ਵਿੱਚ ਜਦੋਂ ਫੱਫੇ ਅੱਖਰ ਰਾਹੀਂ ਉਪਦੇਸ਼ ਉਚਾਰਨ ਕੀਤਾ, ਤਾਂ ਮਹਾਰਾਜ ਕਹਿੰਦੇ, ਕਈਆਂ ਜੂਨੀਆਂ ਵਿੱਚੋਂ ਤੂੰ ਭਟਕਦਾ ਇਸ ਮਨੁੱਖਾ ਜਾਮੇ ਵਿੱਚ ਆਇਆ, ਅਤੇ ਹੁਣ ਤੂੰ ਪਰਮੇਸ਼ਵਰ ਦਾ ਨਾਮ ਜਪੇਗਾ, ਤੇਰੀ ਜਮਾਂ ਦੀ ਫਾਹੀ ਕੱਟੀ ਜਾਏਗੀ। ਫੱਫਾ ਫਿਰਤ ਫਿਰਤ ਤੂੰ ਆਇਆ, ਦੁਰਲੱਭ ਜਨਮ ਕਲ ਯੁਗ ਮੈਂ ਪਾਇਆ, ਫਿਰ ਆਇਆ ਅਵਸਰ ਚਰੈ ਨਾ ਹਾਥਾ, ਰਾਮ ਜਪੋ ਤੋਂ ਕੱਟੀਐ ਫਾਸਾ। ਜੇ ਤੂੰ ਪਰਮੇਸ਼ਵਰ ਦੇ ਨਾਮ ਨੂੰ ਜਪੇਗਾ, ਤੇਰੇ ਜਮਾਂ ਦੀ ਫਾਹੀ ਕੱਟੀ ਜਾਏਗੀ। ਜੇ ਤੂੰ ਇੱਕ ਉੱਪਰ ਆਸ ਰੱਖ ਕੇ ਪਰਮੇਸ਼ਵਰ ਦੀ ਬੰਦਗੀ ਕਰੇਗਾ, ਤੇਰੇ ਜਮਾਂ ਦੀ ਫਾਹੀ ਕੱਟੀ ਜਾਏਗੀ। ਕੱਟੀਐ ਜਮ ਕੀ ਫਾਸਾ ਜੀਓ, ਏਕ ਉੱਪਰ ਜਿਸ ਜਨ ਕੀ ਆਸਾ, ਤਿਸ ਕੀ ਕੱਟੀਐ ਜਮ ਕੀ ਫਾਸਾ। ਤੇਰੀ ਜਮਾਂ ਦੀ ਫਾਹੀ ਵੀ ਕੱਟੀ ਜਾਏਗੀ,
ਜੇ ਤੂੰ ਪਰਮੇਸ਼ਵਰ ਦੇ ਨਾਮ ਨੂੰ ਜਪੇਗਾ ਪਿਆਰਿਆਂ ਦੀ ਸੰਗਤ ਵਿੱਚ ਰਹਿ ਕੇ। ਸੰਗਤ ਜ਼ਰੂਰੀ ਹੈ, ਸੰਗਤ ਦੇ ਵਿੱਚੋਂ ਹੀ ਚਾਅ ਪੈਦਾ ਹੁੰਦਾ ਹੈ, ਸੰਗਤ ਦੇ ਵਿੱਚੋਂ ਹੀ ਰੰਗ ਲੱਗ ਜਾਂਦਾ ਹੈ। ਇਸ ਲਈ ਗੁਰਮੁਖੋ, ਸੰਗਤ ਦਾ ਮਨ ਜਿਹੜਾ ਹੈ ਉਹ ਪ੍ਰਭਾਵ ਕਬੂਲਦਾ ਹੈ। ਇੱਥੋਂ ਤੱਕ ਬਨਸਪਤੀ ਵੀ, ਪਾਣੀ ਵੀ ਸੰਗਤ ਦਾ ਅਸਰ ਕਬੂਲਦਾ ਹੈ। ਸਾਧ ਸੰਗਤ ਜੀ, ਉਹ ਭਗਤ ਕਬੀਰ ਜੀ ਦਾ ਇੱਕ ਸ਼ਬਦ ਬਾਣੀ ਵਿੱਚ ਆਉਂਦਾ ਹੈ ਕਿ ਗੰਗਾ ਕੈ ਸੰਗ ਸਲਤਾ ਵਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ। ਕਹਿਣ ਲੱਗੇ ਜਦੋਂ ਚੱਲਦੇ ਹੋਈ ਨਦੀ ਦੇ ਪ੍ਰਵਾਹ ਦੇ ਪਾਣੀ ਨੇ ਗੰਗਾ ਦੇ ਪ੍ਰਵਾਹ ਦੀ ਸੰਗਤ ਕਰ ਲਈ ਅਤੇ ਉਹ ਵੀ ਗੰਗਾ ਦਾ ਰੂਪ ਹੋ ਗਈ। ਜਦੋਂ ਇੱਕ ਆਮ ਨਦੀ ਗੰਗਾ ਦੇ ਪਾਣੀ ਵਿੱਚ ਮਿਲ ਜਾਂਦੀ ਅਤੇ ਗੰਗਾ ਉਹਨੂੰ ਆਪਣਾ ਰੂਪ ਦੇ ਦਿੰਦੀ, ਉਹਦਾ ਫਿਰ ਪਤਾ ਨਹੀਂ ਰਹਿ ਜਾਂਦਾ ਵੀ ਨਦੀ ਦਾ ਪਾਣੀ ਕਿਹੜਾ ਹੈ ਅਤੇ ਗੰਗਾ ਦਾ ਪਾਣੀ ਕਿਹੜਾ ਹੈ। ਇੱਕੋ ਹੀ ਰੂਪ ਬਣ ਜਾਂਦਾ। ਗੰਗਾ ਕੈ ਸੰਗ ਸਲਤਾ ਵਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ। ਵਿਗਰਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਕਤ ਅਨਹੇ ਨ ਅਤ ਅਨਹੇ ਨਾ ਜਾਈ। ਕਹਿਣ ਲੱਗੇ ਰਾਮ ਦੀ ਦੁਹਾਈ, ਕਬੀਰ ਵੀ ਬਦਲ ਗਿਆ ਜਦੋਂ ਉਹਨੇ ਰੱਬ ਦੇ ਪਿਆਰਿਆਂ ਦੀ ਸੋਭਤ ਸੁਣੀ। ਉਹ ਵੀ ਰਾਮ ਪਰਮੇਸ਼ਵਰ ਦਾ ਰੂਪ ਹੋ ਗਿਆ, ਉਹਦੇ ਵਿੱਚ ਵੀ ਕੋਈ ਭੇਦ ਨਾ ਰਹਿ ਗਿਆ।